ਅੱਜ ਦੋ ਕੇਸਾਂ ਦੀ ਜਿਹੜੀ ਜਾਣਕਾਰੀ ਦੇਣ ਲਈ ਅਸੀਂ ਤੁਹਾਨੂੰ ਕਸ਼ਟ ਦਿੱਤਾ ਜਿਹਦੇ ਵਿੱਚ ਇੱਕ ਕੇਸ ਹੈਗਾ ਜਿਹਦੇ ਵਿੱਚ ਮਕਦਮਾ ਨੰਬਰ 131211 ਨੂੰ ਜਿਹੜੇ ਸੀਆਈਏ ਇੰਸਪੈਕਟਰ ਨੇ ਅੰਡਰ ਸੁਪਰਵੀਜ਼ਨ ਆਫ ਸਾਡੇ ਏਐਸਪੀ ਜਿਹੜੇ ਨੇ ਇਨਵੈਸਟੀਗੇਸ਼ਨ ਨੁਰਾਨਾ ਜੀ ਦੀ ਗਵਾਈ ਵਿੱਚ ਇੱਕ ਪਰਮਿੰਦਰ ਸਿੰਘ ਅਤੇ ਉਸਦੇ ਫਾਦਰ ਨਰਮਲ ਸਿੰਘ ਨੂੰ ਜਿਹੜਾ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਜਿਹੜੇ ਕਿ ਦਿੱਲੀ ਤੋਂ ਟਰਾਮਾਡੋਲ ਨਸ਼ੇ ਦੀਆਂ ਗੋਲੀਆਂ ਲਿਆ ਕੇ ਜਿਹੜੇ ਬਟਾਲੇ ਦੇ ਵਿੱਚ ਸਪਲਾਈ ਕਰਦੇ ਸੀ ਆਸ-ਪਾਸ ਦੇ ਏਰੀਆ ਦੇ ਵਿੱਚ ਇਹ ਉੱਥੋਂ ਭਗਿਰਾਥ ਮਾਰਕੀਟ ਹੈਗੀ ਆ ਦਿੱਲੀ ਉੱਥੋਂ ਵੀ ਲੈ ਕੇ ਆਉਂਦੇ ਸੀਗੇ ਬਸ ਤੇ ਆਉਂਦੇ ਸੀ ਔਰ ਇਸ ਤੋਂ ਬਾਅਦ ਅੱਗੇ ਦਾ ਬੇਟਾ ਇਹਨੂੰ ਕਾਰ ਤੇ ਲੈ ਕੇ ਆ ਰਿਹਾ ਸੀ ਜੋ ਅਸੀਂ ਇਹਦੀ ਟੀ ਪੁਆਇੰਟ ਜਿਹੜਾ ਨੰਗਲ ਮੋੜ ਕਮਾਨ ਕੋਲੋਂ ਜਿਹੜੀ ਇਹਨਾਂ ਨੂੰ ਫੜਿਆ ਔਰ ਇਹਨਾਂ ਕੋਲੋਂ ਜਿਹੜੀਆਂ ਟਰਾਂਮਾ ਡੋਲ ਦੀਆਂ 38000 ਗੋਲੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਜਿਹੜੀਆਂ ਇੱਥੇ ਸਪਲਾਈ ਕਰਨ ਜਾ ਰਹੇ ਸੀ ਇਹਦਾ ਮਾਨਯੋਗ ਅਦਾਲਤ ਤੋਂ ਮਾਨ ਲੈ ਕੇ ਅਸੀਂ ਜਿਹੜੀ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਰਹੇ ਆ ਸਾਰੇ ਦੇਖ ਰਹੇ ਆ ਬੈਕਵਰਡ ਲਿੰਕੇਜ ਤਾਂ ਇਹ ਭਗੇਰਤ ਮਾਰਕਟ ਹੀ ਹੋਗੀ ਜਿਹੜੇ ਅੱਗੇ ਕਿਨੂੰ ਕਿਨੂੰ ਦਿੰਦਾ ਸੀਗਾ ਕੋਈ ਮੈਡੀਕਲ ਸ਼ਾਪਸ ਤੋਂ ਦਿੰਦਾ ਸੀਗਾ ਜਾਂ ਸਿੱਧਾ ਵੰਡਦਾ ਸੀਗਾ ਉਹਦੇ ਬਾਰੇ ਅਸੀਂ ਪਤਾ ਕਰਕੇ ਉਹਨਾਂ ਦੀ ਵੀ ਰੈਸਟ ਪਾਵਾਂਗੇ ਉਸ ਤੋਂ ਬਾਅਦ ਦੂਸਰਾ ਕੇਸ ਜਿਹੜਾ ਹੈਗਾ ਆ ਉਹਦੇ ਵਿੱਚ ਮਿਤੀ 16 11 ਨੂੰ ਇੱਕ ਰੰਗਣ ਦੰਗਲ ਥਾਣੇ ਦੇ ਵਿੱਚ ਇੱਕ ਲੜਕਾ ਜਾ ਰਿਹਾ ਸੀਗਾ ਜਿਹਦੇ ਉੱਤੇ ਕੁਝ ਬੰਦਿਆਂ ਨੇ ਜਿਹੜਾ ਪਿਸਟਲ ਦੇ ਨਾਲ ਫਾਇਰਿੰਗ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਸੀਗਾ ਉਸ ਤੋਂ ਪੱਤਾ ਦਰਜ ਹੋ ਗਿਆ ਸੀ ਉਹਦੇ ਵਿੱਚ ਜਿਹੜੇ ਆ ਤਿੰਨ ਬੰਦੇ ਜਿਹੜੇ ਕੁਲਵਿੰਦਰ ਸਿੰਘ ਬਿੱਲੂ ਕਮਲਜੀਤ ਸਿੰਘ ਡੋਡੀ ਅਤੇ ਮਲਕੀਸ਼ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਆ ਔਰ ਇਹਦੇ ਵਿੱਚ ਜਿਹੜੇ 11 ਬੰਦੇ ਟੋਟਲ ਹੋਰ ਨਾਮਜ਼ਦ ਕੀਤੇ ਆ ਔਰ ਪੁੱਛ ਕੇ ਇਸ ਤੋਂ ਇਹ ਪਤਾ ਲੱਗਾ ਕਿ ਉਸ ਦਿਨ ਜਿਹੜਾ ਬਲਜਿੰਦਰ ਸਿੰਘ ਬੱਲ ਅਤੇ ਸੁਖ ਜਿਹੜਾ ਆ ਲੋਹ ਚੱਪਦਾ ਇਹਨਾਂ ਨੇ ਉਸ ਦਿਨ ਉਹ ਤੇ ਫਾਇਰਿੰਗ ਕੀਤੀ ਸੀ ਔਰ ਕਾਲਜ ਦੀ ਜਿਹੜੀ ਪ੍ਰਧਾਨਗੀ ਦਾ ਇਹਨਾਂ ਦਾ ਰੋਲਾ ਸੀਗਾ ਔਰ ਇਹਨਾਂ ਦੇ ਗਰੁੱਪ ਨੇ ਉਸ ਦਿਨ ਇੱਕ ਸਿਵਲ ਲਾਈਨ ਥਾਣੇ ਦੇ ਵਿੱਚ ਜਿਹੜਾ ਮਲਕੀਤ ਸਿੰਘ ਔਰ ਬਿੱਲਾ ਇਹਨਾਂ ਨੇ ਉੱਥੇ ਇੱਕ ਬੰਦੇ ਨੂੰ ਕਿਡਨਾਪ ਵੀ ਕੀਤਾ ਸੀਗਾ ਜਿਹਦਾ ਕੇਸ ਰਜਿਸਟਰ ਕੀਤਾ ਸੀ ਜੋ ਇਹਨਾਂ ਦੇ ਅਰੈਸਟ ਦੇ ਨਾਲ ਇਹ ਦੋਨੋਂ ਕੇਸ ਹੈ ਕਿਡਨੇਪ ਕਿਡਨਾਪਿੰਗ ਦਾ ਇੱਕ ਫਾਇਰਿੰਗ ਦਾ ਇਹ ਹਾਲ ਹੋਏ ਨੇ ਔਰ ਇਹ ਜਿਹੜੇ ਦੋ ਪਿਓ ਪੁੱਤਰਾਂ ਦੇ ਫੜਨਾ 38000 ਗੋਲੀਆਂ ਜਿਹੜੀਆਂ ਇਹ ਨਸ਼ੀਲੀਆਂ ਬਰਾਮਦ ਹੋਈਆਂ ਜਿਸ ਦੇ ਬਾਰੇ ਤੁਹਾਨੂੰ ਬੁਲਾਇਆ ਗਿਆ ਸੀ ਪਹਿਲੇ ਵੀ ਕੋਈ ਪਰਚਾ ਹੈ ਇਹ ਅਸੀਂ ਵੈਰੀਫਾਈ ਕਰ ਰਹੇ ਆ ਇਹਦੇ ਬਾਰੇ ਅੱਜ ਹੀ ਅਰੈਸਟ ਕੀਤਾ ਹੈ ਅਸੀਂ ਸਾਰੇ ਪੁਲਿਸ ਸਟੇਸ਼ਨ ਨੂੰ ਦੱਸ ਦਿੱਤਾ ਹੈ ਤੇ ਜੋ ਕੋਈ ਰਿਕਾਰਡ ਆਏਗਾ ਉਹ ਤੁਹਾਨੂੰ ਅਸੀਂ ਮਈਆ ਕਰਾ ਦਾਂਗੇ। ਉਦੋਂ ਗੋਲੀ ਚਲਾਈ ਹੋਣਾ ਹਥਿਆਰ ਬਰਾਮਦ ਕਰ ਲਿਆ। ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਪਿਸਟਲ ਨਾਲ ਗੋਲੀ ਚਲਾਈ ਬਲਜਿੰਦਰ ਬਲ ਤੇ ਸੋਖੇ ਅਜੇ ਫੜਨ ਵਾਲੇ ਆ। ਜਿਹੜੇ ਦੂਸਰੇ ਤਿੰਨ ਜਣੇ ਫੜੇ ਇਹਨਾਂ ਕੋਲੋਂ ਦਾਤਰ بیسਬਾਲ ਮਿਲੇ ਨੇ ਉਹ ਅਸੀਂ ਮਾਨਯੋਗ ਅਦਾਲਤ ਤੋਂ ਇਹਨਾਂ ਦਾ ਰਿਮਾਂਡ ਲੈ ਲਿਆ। ਜਿਹਨੂੰ ਕੋਲ ਡਰਾਈ ਕੀਤਾ ਇਹ ਉਹ ਵੀ ਬਰਾਮਦ। ਹਾਂਜੀ ਉਹ ਇਹਨਾਂ ਨੇ ਉਦੋਂ ਹੀ ਰਾਤ ਨੂੰ ਜਦੋਂ ਪੁਲਿਸ ਨੇ ਪ੍ਰੈਸ਼ਰ ਪਾਇਆ ਸੀ ਇਹਨਾਂ ਰਾਤ ਨੂੰ ਉਦੋਂ ਉਹਨੂੰ ਛੱਡ ਦਿੱਤਾ ਸੀਗਾ। ਉਸ ਤੋਂ ਬਾਅਦ ਕੰਟੀਨਿਊ ਪੁਲਿਸ ਜ CIA ਦੀ ਟੀਮ ਨੇ ਔਰ ਥਾਣਾ ਰੰਗਣ ਦੰਗਲ ਦੀ ਟੀਮ ਜਿਹੜੀ ਨਾਲ ਜੁਆਇੰਟਲੀ ਕੰਮ ਕਰ ਰਹੇ ਸੀਗੇ ਅੰਡਰ ਸੁਪਰਵਾਈਜ਼ਨ ਆਫ ਸਾਡੇ ASP ਸਾਹਿਬ ਜੋ ਇਹਨਾਂ ਨੇ ਅਰੈਸਟ ਕਰਨ ਚ ਕਾਮਯਾਬੀ ਮਿਲੀ ਇਹ ਇਹਨਾਂ ਦੇ ਛੋਟਾ ਹਸੈਨਪੁਰ ਜਿਹੜਾ ਉੱਥੋਂ ਇਹਨਾਂ ਦੀ ਅਰੈਸਟ ਹੋਈ ਛੋਟੇ ਭਾਦਰ ਸਿੰਘ ਵਾਲੇ ਤੋਂ ਇਹਨਾਂ ਦੀ ਅਰੈਸਟ ਜੀ ਸਰ ਜਿਹੜੇ ਪਿਓਪੋ ਤੋਂ ਅਰੈਸਟ ਕੀਤੇ ਸਰ ਉਹਦੇ ਵਿੱਚ ਕਿ ਉਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੀ ਐ ਕਦੋਂ ਤੂੰ ਕੰਮ ਕਰਦੇ ਸੀ ਨਹੀਂ ਇਹ ਇਹ ਸਪਲਾਈ ਤਾਂ ਕਾਫੀ ਦੇਰ ਦੇ ਕਰ ਰਹੇ ਆ ਪੁਰਾਣੇ ਰਿਕਾਰਡ ਬਾਰੇ ਅਸੀਂ ਪੁਲਿਸ ਸਟੇਸ਼ਨ ਨੂੰ ਲਿਖਤਾ ਆ ਹਜੇ ਆਈ ਨਹੀਂ ਰਿਪੋਰਟ ਕਿਉਂਕਿ ਹਜੇ ਹੁਣੇ ਹੀ ਫੜੇ ਨੇ ਇਹ ਵਸਤੇ ਲੈ ਕੇ ਆਉਂਦੇ ਸੀਗੇ ਇੱਥੋਂ ਇਹਦਾ ਬੇਟਾ ਇਹਨੂੰ ਕਾਰ ਦੇ ਉੱਤੇ ਲੈ ਕੇ ਜਾ ਰਿਹਾ ਸੀ ਬਰੀਜ਼ਾ ਕਾਰ ਵੀ ਨਾਲ ਇਹਨਾਂ ਦੀ ਫੜੀ ਆ ਪੀਪੀ ਹਾਂਜੀ ਹਾਂਜੀ ਮਰੂਤੀ ਬਰੀਜ਼ਾ ਜੜੀ ਆ